ਬੇਬੇ ਤੁਹਾਡੇ ਪਿੰਡ ਦੀ ਕੁੜੀ ਗਗਨ ਅਨਮੋਲ ਮਾਨ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ, ਕਿਵੇਂ ਲੱਗਿਆ ਤੁਹਾਨੂੰ ਫੈਸਲਾ? ਠੀਕ ਠੀਕ ਵਧੀਆ, ਬੜੀ ਵਧੀਆ। ਨਾਜਰ ਮਾਨ ਸਾਹਿਬ ਨੇ ਤਾਂ ਸੀਟ ਛੱਡਤੀ, ਹੁਣ ਆਮ ਆਦਮੀ ਪਾਰਟੀ ਦੇ ਲੋਕ ਦਾ ਉਹਦੀ ਮਰਜ਼ੀ ਹੈ, ਇਹ ਕੁੜੀ ਦਾ ਏਡੇ ਏਡੇ ਬੱਚਿਆਂ ਤੇ ਵੀ ਪਵਾਵਾਂਗੇ। ਇਹ ਵੀ ਕਿਹਾ ਜਾਂਦਾ ਹੈ ਕਿ ਕੁੜੀਆਂ ਨੂੰ ਤੇ ਔਰਤਾਂ ਨੂੰ ਰਾਜਨੀਤੀ ਵਿੱਚ ਨਹੀਂ ਜਾਣਾ ਚਾਹੀਦਾ, ਕਿਵੇਂ ਦੇਖਦੇ ਹੋ ਤੇਰੇ ਫੈਸਲਾ? ਜਾਣਾ ਕਿਉਂ ਨਹੀਂ ਚਾਹੀਦਾ ਜੀ, ਜਾਣਾ ਚਾਹੀਦਾ, ਮੁੰਡਿਆਂ ਬਰਾਬਰ ਹੀ ਕੁੜੀਆਂ ਨੂੰ। ਕੁੜੀਆਂ ਕਿਹੜਾ ਪੜ੍ਹੀਆਂ ਲਿਖੀਆਂ ਨਹੀਂ ਆ, ਮੁੰਡਿਆਂ ਨੂੰ ਤਾਂ ਸਿਆਣੀਆਂ ਨੇ। ਹਾਂ ਠੀਕ ਆ, ਜਾਣਾ ਚਾਹੀਦਾ ਜੀ। ਜੇਕਰ ਸਾਡੇ ਪਿੰਡ ਦੀ ਲੜਕੀ ਅਨਮੋਲ ਗਗਨ ਮਾਨਸ ਪਾਰਟੀ ਵਿੱਚ ਸ਼ਾਮਲ ਹੋ ਗਈ ਤਾਂ ਵੀ ਸਾਨੂੰ ਬਹੁਤ ਖੁਸ਼ੀ ਹੈ। ਸਾਨੂੰ ਫੁੱਲ ਭਰੋਸਾ ਜੀ, ਤੁਹਾਡੀ ਸਿਸਟਰ ਹੈ ਜੀ ਸਾਡੀ। ਜਿਹੜਾ ਕੰਮ ਲੜਕੀ ਕਰ ਸਕਦੀ ਹੈ ਕਈ ਵਾਰ ਮਰਦ ਨਹੀਂ ਕਰ ਸਕਦਾ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਉਹ ਲੋਕਾਂ ਦੀਆਂ ਉਮੀਦਾਂ ਦੇ ਬਿਲਕੁਲ ਖਰਾਬ ਤਰ। ਲੜਕੀਆਂ ਵੀ ਬਰਾਬਰ ਦੀ ਧਿਰ ਹੈ, ਜੇ ਲੜਕਾ ਆਪਣੇ ਮਾਂ ਪਿਓ ਦਾ ਹੱਕ ਲੈ ਸਕਦਾ ਤਾਂ ਲੜਕੀ ਕਿਉਂ ਨਹੀਂ ਲੈ ਸਕਦੀ? ਲੜਕੀਆਂ ਵੀ ਰਾਜਨੀਤੀ ਵਿੱਚ ਆ ਸਕਦੀਆਂ ਨੇ, ਉੱਭਰ ਕੇ ਆ ਸਕਦੀਆਂ ਨੇ, ਕਿਉਂਕਿ ਸਾਡੇ ਲੜਕੇ ਦਾ ਜੀ ਸਾਡਾ ਜਿਹੜਾ ਏਰੀਆ ਹੈ ਇਹ ਨਸ਼ੇ ਨੇ ਖਾਧਾ ਪਿਆ। ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜੀਤ ਪੀਖੀ ਸਵਾਗਤ ਕਰਦਾ। ਦੋਸਤੋ, ਇਸ ਵਕਤ ਅਸੀਂ ਖੜ੍ਹੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਲਣ ਦੇ ਵਿੱਚ। ਇਹ ਪਿੰਡ ਹੈ ਜੀ ਚਰਚਿਤ ਗਾਇਕਾ ਗਗਨ ਅਨਮੋਲ ਮਾਨ ਦਾ, ਜਿਨ੍ਹਾਂ ਨੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਅੱਜ ਉਹਨਾਂ ਦੇ ਪਿੰਡ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ। ਪਿੰਡ ਦੇ ਲੋਕਾਂ ਤੋਂ, ਨੌਜਵਾਨਾਂ ਤੋਂ, ਬਜ਼ੁਰਗਾਂ ਤੋਂ, ਬੱਚਿਆਂ ਤੋਂ ਅਸੀਂ ਜਾਣਾਂਗੇ ਕਿ ਗਗਨ ਅਨਮੋਲ ਮਾਨ ਦਾ ਕੀ ਕੋਈ ਰਾਜਨੀਤਿਕ ਪਿਛੋਕੜ ਹੈ, ਉਸਦਾ ਇਸ ਪਾਰਟੀ ਨੂੰ ਜੁਆਇਨ ਕਰਨ ਦਾ ਫੈਸਲਾ ਪਿੰਡ ਵਾਲਿਆਂ ਨੂੰ ਕਿਵੇਂ ਲੱਗਿਆ ਅਤੇ ਪਿੰਡ ਵਾਲੇ ਕਿੰਨੀ ਕੁ ਸਪੋਰਟ ਗਗਨ ਅਨਮੋਲ ਮਾਨ ਦੀ ਕਰਦੇ ਨੇ, ਇਸ ਸਭ ਬਾਰੇ ਗੱਲਬਾਤ ਕਰਾਂਗੇ। ਅੱਛਾ ਬਾਬਾ ਜੀ, ਤੁਹਾਡੇ ਪਿੰਡ ਦੀ ਗਾਇਕ ਜਿਹੜੀ ਲੜਕੀ ਸੀਗੀ ਗਗਨ ਅਨਮੋਲ ਮਾਨ ਆਮ ਆਦਮੀ ਪਾਰਟੀ ਉਹਨੇ ਜੁਆਇਨ ਕਰ ਲਈ, ਕੀ ਤੁਹਾਨੂੰ ਕੀ ਲੱਗਦਾ ਕਿ ਸਹੀ ਪਾਰਟੀ ਜੁਆਇਨ ਕੀਤੀ ਹੈ? ਠੀਕ ਹੈ ਜੀ। ਇੱਕ ਕੁੜੀ ਦਾ ਰਾਜਨੀਤੀ ਦੇ ਵਿੱਚ ਆਉਣਾ ਕਿੰਨਾ ਕੁ ਸਹੀ ਲੱਗਦਾ? ਸਹੀ, ਠੀਕ ਹੈ ਜੀ, ਵਧੀਆ ਗੱਲ ਹੈ ਜੀ, ਵਧੀਆ ਕੰਮ ਕਰਨਗੇ ਜੀ ਉਹ। ਸਹੀ ਫੈਸਲਾ ਲਿਆ ਜੀ, ਬਿਲਕੁਲ ਸਹੀ ਫੈਸਲਾ ਜੀ, ਬੜਾ ਵਧੀਆ। ਮੈਂ ਉਹ ਕੁੜੀ ਦਾ ਇੰਟਰਵਿਊ ਸੁਣਿਆ, ਉਹ ਬਹੁਤ ਵਧੀਆ ਜਵਾਬ ਦਿੱਤੇ ਉਹਨੇ, ਵਧੀਆ। ਜਦੋਂ ਪਾਰਟੀ ਜੁਆਇਨ ਕਰੀ ਆ ਮੈਂ ਦੇਖੀ ਆ ਮੋਬਾਈਲ 'ਤੇ, ਬਹੁਤ ਵਧੀਆ ਉਹਨੇ, ਪੱਤਰਕਾਰਾਂ ਨੇ ਸਵਾਲ ਪੁੱਛੇ ਤੇ ਵਧੀਆ ਦਿੱਤੇ। ਅੱਛਾ, ਮੈਨੂੰ ਬਹੁਤ ਚੰਗੇ ਲੱਗੇ। ਅੱਛਾ, ਕਿਹਾ ਜਾਂਦਾ ਹੈ ਕਿ ਰਾਜਨੀਤੀ ਜਿਹੜੀ ਆ ਔਰਤਾਂ ਲਈ ਜਾਂ ਕੁੜੀਆਂ ਲਈ ਬਣੀ ਨਹੀਂ, ਫਿਰ ਉਹਦਾ ਫੈਸਲਾ ਕਿਵੇਂ ਲੱਗਿਆ ਰਾਜਨੀਤੀ? ਯਾਰ ਹੁਣ ਤਾਂ ਬਰਾਬਰ ਦਾ ਹੱਕ ਹੈ, ਪਹਿਲੇ ਤੋਂ ਸਾਡੇ ਇਤਿਹਾਸ ਤਾਂ ਜਮੀ ਹੈ, ਅਤੇ ਆਪਾਂ ਆਮ ਹੁਣ ਹਿੰਦੁਸਤਾਨ 'ਚ ਦੇਖ ਲਿਆ ਸਾਰੇ ਕੁੜੀਆਂ ਬਹੁਤ ਨਾ। ਅੱਛਾ, ਪਰਿਵਾਰ ਕਿਸ ਤਰ੍ਹਾਂ ਦਾ ਪਰਿਵਾਰ, ਕੀ ਉਹਨਾਂ ਦਾ ਕੋਈ ਰਾਜਨੀਤਿਕ ਪਿਛੋਕੜ ਹੈ? ਪਹਿਲਾਂ ਉਹਦਾ ਡੈਡੀ ਵੀ ਖੜ੍ਹਾ ਹੋਇਆ ਸੀ ਇੱਥੋਂ ਇਸੇ ਸੀਟ ਤੋਂ, ਕਿਹੜਾ ਉਹ ਰਾਮੂ ਵਾਲੇ ਦੀ ਪਾਰਟੀ 'ਚ ਸੀ ਜੀ, ਲੋਕ ਭਲਾਈ ਪਾਰਟੀ 'ਚ। ਅੱਛਾ, ਉਹਦਾ ਡੈਡੀ ਖੜ੍ਹਾ ਹੋਇਆ ਸੀ MLA ਦੇ, ਅਤੇ ਉਹਦਾ ਵੀ ਕੰਮ ਵਧੀਆ। ਅੱਛਾ, ਪਿੰਡ ਵੱਲੋਂ ਕੀ ਸਪੋਰਟ ਹੈਗੀ ਆ? ਪੂਰੀ ਸਾਡਾ ਉਦੋਂ ਵੀ ਪਿੰਡ ਪੂਰੀ ਸਪੋਰਟ ਕਰਦਾ ਸੀ, ਹੁਣ ਵੀ ਹੈ ਪੂਰਾ ਜੱਜ ਕੇ। ਜੇ ਮੰਨ ਲਓ ਅੱਗੇ ਆਗਾਮੀ ਚੋਣਾਂ ਦੇ ਵਿੱਚ 2022 ਦੇ ਵਿੱਚ ਉਹਨੂੰ ਕੋਈ ਸੀਟ ਮਿਲਦੀ ਆ ਜਾਂ ਉਹ ਕੰਪੇਨ ਕਰਦੇ ਨੇ, ਤੁਸੀਂ ਸਾਥ ਦਿਓਗੇ ਪਿੰਡ ਵਾਲੇ? ਦੇਵਾਂ ਜੀ ਪੂਰਾ ਡਟ ਕੇ, ਅਸੀਂ ਅੱਗੇ ਵੀ ਉਹਦੇ ਪਿਓ ਦਾ ਵੀ ਸਾਥ ਦਿੱਤਾ ਸੀ, ਹੁਣ ਵੀ ਦੇਵਾਂਗੇ। ਕਿ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਪਊਗਾ ਇਹਦੇ ਆਉਣ ਨਾਲ ਲੱਗਦਾ ਤੁਹਾਨੂੰ? ਸਾਡੇ ਤਾਂ ਜੀ ਆਮ ਪਾਰਟੀ ਫੁੱਲ ਹੈ, ਸਾਡੇ ਤਾਂ ਪਿੰਡ ਦੀ ਸਾਰੇ ਪੰਜਾਬ 'ਚੋਂ ਵੱਧ ਪਈਆਂ ਵੋਟਾਂ। ਫੈਸਲਾ ਠੀਕ ਹੈ ਜੀ, ਵਧੀਆ। ਅੱਛਾ, ਕਿਵੇਂ ਦੇਖਦੇ ਹੋ? ਸਾਡੀ ਭਤੀਜੀ ਹੈ, ਸਾਡੇ ਘਰਾਂ ਦੀ ਕੁੜੀ ਹੈ, ਬਹੁਤ ਵਧੀਆ ਫੈਸਲਾ। ਹਾਂਜੀ, ਅੱਛਾ ਕਿਵੇਂ ਲੱਗਦਾ ਹੁਣ, ਕੀ ਸਾਥ ਦਿਓਗੇ ਤੁਸੀਂ ਪੂਰਾ ਆਉਣ ਵਾਲੇ ਵੋਟਾਂ ਦੇ ਵਿੱਚ? ਦੇਵਾਂਗੇ ਜੀ, ਇਹ ਪਿੰਡ ਵਾਸਤੇ ਸਾਨੂੰ ਤਾਂ ਕੋਈ ਫਾਇਦਾ ਹੀ ਹੋਊ। ਵਧੀਆ ਲੱਗਿਆ ਜੀ, ਸਾਡੇ ਲਵੇ ਸਕੇ ਸੰਬੰਧੀਆਂ ਦੀ ਕੁੜੀ ਹੈਗੀ, ਕੋਈ ਇਹੋ ਜਿਹਾ ਅੱਜ ਤੱਕ ਉਹ ਨਹੀਂ ਆਈ ਜੀ, ਵਧੀਆ। ਸਾਨੂੰ ਮਾਣ ਆ ਵੀ ਜੇ ਪਾਰਟੀ ਜਾਵੇ ਤਾਂ ਅਸੀਂ ਵੀ ਇਹਦੇ ਨਾਲ ਸਾਥ ਦੇਵਾਂਗੇ। ਅੱਛਾ, ਪਰਿਵਾਰਕ ਪਿਛੋਕੜ ਜਿਹੜਾ ਉਹ ਕਿਸ ਤਰ੍ਹਾਂ ਦਾ, ਕੀ ਰਾਜਨੀਤਿਕ ਪਿਛੋਕੜ? ਬਹੁਤ ਚੰਗਾ ਪਰਿਵਾਰ ਇਹਨਾਂ ਦਾ ਜੀ, ਪਹਿਲਾਂ ਤੋਂ ਇਹਨਾਂ ਦਾ ਨਿੱਘ ਸੁਭਾਅ ਵਧੀਆ ਹੈ, ਚੰਗੇ ਸੁਭਾਅ ਦੇ ਨੇ, ਇਹਦੇ ਡੈਡੀ ਵੀ ਇਹ ਆਪ ਵੀ। ਫੁੱਲ ਕਰਾਂਗੇ ਜਮਾਂ, ਕੀ ਨਾਮ ਬਾਬਾ ਤੁਹਾਡਾ? ਭੋਲਾ ਸਿੰਘ। ਅੱਛਾ, ਜਮਾਂ ਫੁੱਲ ਕਰਾਂਗੇ ਕਿ 20,000 ਦੇ ਵਿੱਚ ਲੈ ਨਾਜਰ ਇਸੇ ਪਾਰਟੀ 'ਚ, ਇਹ ਕੁੜੀ ਦਾ ਨਾਜਰ ਮਾਨ ਸਾਹਿਬ ਨੇ ਤਾਂ ਸੀਟ ਛੱਡਤੀ, ਹੁਣ ਆਮ ਆਦਮੀ ਪਾਰਟੀ ਦੇ ਲੋਕ ਦਾ ਉਹਦੀ ਮਰਜ਼ੀ ਹੈ, ਇਹ ਕੁੜੀ ਦਾ ਏਡੇ ਏਡੇ ਬੱਚਿਆਂ 'ਤੇ ਵੀ ਪਵਾਵਾਂਗੇ। ਅੱਛਾ, ਹਾਂ, ਸਾਡੀ ਕੁੜੀ ਹੈ, ਭਤੀਜੀ ਹੈ ਸਾਡੀ। ਆਮ ਆਦਮੀ ਪਾਰਟੀ ਨੂੰ ਫਰਕ ਪਊਗਾ ਇਹਦੇ ਆਉਣ ਨਾਲ? ਪੂਰਾ ਫਰਕ ਪਵੇ ਕਿਵੇਂ ਨਾ, ਜੇ ਭਗਵੰਤ ਮਾਨ ਦਾ ਪਿਆ ਇਹਦਾ ਵੀ ਪਊਗਾ, ਇਹ ਵੀ ਜੋ ਸ਼ਰਤ ਲਾ ਲਓ ਜਿਵੇਂ ਲਾਉਣੀ ਹੈ। ਤੁਸੀਂ ਸਪੋਰਟ ਕਰਦੇ ਹੋ ਡਟ ਕੇ? ਅਸੀਂ ਫੁੱਲ ਕਰਦੇ ਹਾਂ, ਹਾਂ, ਜਮ੍ਹਾਂ ਕਰ ਦਿਆਂਗੇ। ਸਹੀ ਫੈਸਲਾ ਸਾਡੇ ਭਾਵ, ਠੀਕ ਹੈ ਜੀ। ਦੂਜੀਆਂ ਪਾਰਟੀਆਂ ਨਾਲੋਂ ਇਸ ਪਾਰਟੀ ਜਾਣ ਦਾ ਫੈਸਲਾ? ਠੀਕ ਹੈ, ਸਾਡੇ ਸਹੀ ਹੈ, ਸਾਡੇ ਵਿਹੜੇ 'ਚ ਦੂਜੇ ਘਰਾਂ 'ਚ ਮੈਂ ਦੂਰ ਹੋਏ, ਸਾਡੇ ਸਾਰਾ ਪਿੰਡ ਸਾਡਾ ਚੱਚ ਕੇ ਜੋਰ ਲਾਊ, ਅਸੀਂ ਵੀ ਲਾਵਾਂਗੇ, ਦੂਰ ਹੈ ਘਰ ਮੇਰਾ, ਅਤੇ ਸਾਡਾ ਸਾਰੇ ਜੋਰ ਲਾਵਾਂਗੇ ਅਸੀਂ, ਜਦ ਕਿ ਜਿੰਨਾ ਵੀ ਲੱਗਿਆ ਸੀ ਇੱਥੋਂ। ਅੱਛਾ, ਜਿਵੇਂ ਜੇ ਪਿੱਛੇ ਜੇ ਆਮ ਆਦਮੀ ਪਾਰਟੀ ਦਾ ਅਕਸ ਥੋੜ੍ਹਾ ਖਰਾਬ ਵੀ ਹੋਇਆ, ਤੁਹਾਨੂੰ ਲੱਗਦਾ ਇਹਦੇ ਆਉਣ ਨਾਲ ਸੁਧਰੂਗਾ ਜਾਂ ਕਿੱਥੇ ਤੱਕ ਜਾਊਗਾ? ਹਾਲੇ ਤਾਂ ਸੁਧਰੂਗਾ ਸਾਡੇ ਆਉਣ ਨਾਲ, ਅਤੇ ਹੋਰ ਵੀ ਲੜਕੀ ਬਹੁਤ ਸਿਆਣੀ ਇੱਥੇ ਸਾਡੇ ਪਿੰਡ 'ਚ, ਵੀ ਪ੍ਰੋ ਦਿਮਾਗ ਹੁੰਦਾ ਸਾਡੇ ਪਿੰਡ 'ਚ, ਅਤੇ ਆਉਂ ਕੇ ਜਾਂਦੀ ਆ, ਬਿਲਕੁਲ ਪੂਰੇ ਕੰਮ ਕਰਦੀ ਹੈਗੀ, ਆ ਕੇ ਕਰਦੀ ਆ, ਪੈਸੇ ਵੀ ਦੇ ਕੇ ਜਾਂਦੇ, ਸਾਡੇ ਗੁਰਦੁਆਰੇ ਨੂੰ ਜ਼ਮੀਨ ਹੈ ਨਹੀਂ, ਪੂਰਾ ਪਾਉਣ ਦਾਨ ਜਿੰਨਾ ਹੁੰਦਾ ਉਹ ਤਾਂ ਕਰਕੇ ਜਾਂਦੀ ਆ, 10,000 ਦੇਗੀ, 20,000 ਦੇਗੀ, ਜਿਹੋ ਜਿਹਾ ਵੀ ਆ ਸਾਲੇ ਸਾਲ ਲੈ ਕੇ ਜਾਂਦੀ ਆ, ਅਤੇ ਉਹਦਾ ਚਾਹਣ ਮਤਲਬ ਪੂਰਾ ਸਾਡੇ ਗੁਰਦੁਆਰੇ ਨੂੰ ਹੈ ਨਹੀਂ ਜ਼ਮੀਨ, ਪੂਰਾ ਪਾਇਆ ਜਾਂ ਹੋਰ ਪ੍ਰੋਗਰਾਮ 'ਤੇ ਸਾਡੇ ਆ,
ਉਦੋਂ ਹੀ ਪੂਰਾ ਕਰਦੇ ਪ੍ਰੋਗਰਾਮ ਆਉਂਦੀ ਜਾਂਦੀ ਹੈ ਪਿੰਡ 'ਚ ਆ ਕੇ ਕੰਮ ਕਰਦੀ ਹੈ ਹਾਂ ਪਿੰਡ ਜਾ ਕੇ ਕੰਮ ਕਰਦੀ ਹੈ ਬਾਕੀ ਪੜੋਸ਼ਾ ਚੰਗਾ ਪਿੱਛੇ ਤੋਂ ਲਾ ਕੇ ਇਹ ਲੰਬੜ ਦਾ ਤੁਰੇ ਜਾਂਦੇ ਨੇ ਧੜੋ ਲਾ ਕੇ ਦਾਦੇ ਪੜਾਦੇ ਤੋਂ ਲਾ ਕੇ ਲੰਬੜ ਦਾ ਤੁਰੇ ਜਾਂਦੇ ਨੇ ਕੋਈ ਜਿਹੜਾ ਇਹਦਾ ਦਾਦਾ ਦੀ ਚਾਹ ਵੀ ਨਹੀਂ ਪੀਂਦਾ ਜੀ ਕਿਸੇ ਤੋਂ ਇਹੋ ਘਰ ਦੀ ਲੜਕੀ ਹੈ ਜੀ ਬਹੁਤ ਸਮਝਦਾਰ ਹੈ ਕੋਈ ਗੱਲ ਨਹੀਂ ਪਿੰਡ ਕਿੰਨੀ ਕੁ ਸਪੋਰਟ ਕਰ ਰਿਹਾ ਪਿੰਡ ਪੂਰੀ ਸਪੋਰਟ ਕਰ ਰਿਹਾ ਮੈਂ ਦੂਜੇ ਵਿਹੜੇ ਹੋਇਆ ਪੂਰੀ ਸਪੋਰਟ ਕਰਾਂਗੇ ਅਸੀਂ ਸਾਰੀ ਸਪੋਰਟ ਕਰਾਂਗੇ ਹਾਂ ਲੰਬਦਾਰਾਂ ਦੀ ਅਸੀਂ ਮੈਂ ਬੰਬਰ ਵੀ ਰਿਹਾ ਹੋਇਆ ਅਤੇ ਪਿੱਛੇ ਪਲਾਂਡੋ ਪਲਾਣਾ 'ਚ ਅਤੇ ਅਸੀਂ ਪੂਰੀ ਸਟੋਪ ਕਰਾਂਗੇ ਸਾਰੇ ਕਰਨਗੇ ਸਰਪੰਚ ਬੰਬਰੇ ਕਰਾਂਗੇ ਬੜੀ ਵਧੀਆ ਅੱਛਾ ਦੂਜੀਆਂ ਪਾਰਟੀਆਂ ਨੂੰ ਕਿਵੇਂ ਠੀਕ ਆਮ ਆਦਮੀ ਪਾਰਟੀ ਬੜੀਆ ਦੂਜਿਆਂ ਨੂੰ ਵਧੀਆ ਵਧੀਆ ਠੀਕ ਵਧੀਆ ਕੰਮ ਸਮਾਰੂਗੀ ਵਧੀਆ ਠੀਕ ਸਾਡੇ ਪਿੰਡ ਅੱਛਾ ਤੁਸੀਂ ਨਾਲ ਖੜੇ ਹੋ ਸਪੋਰਟ ਕਰੋਗੇ ਸਪੋਰਟ ਜਮਾ ਕਰਾਂਗੇ ਹਾਂ ਜਮਾ ਕਰਾਂਗੇ ਬਾਈ ਸਪੋਰਟ ਤੁਹਾਨੂੰ ਕਿਵੇਂ ਲੱਗਿਆ ਜੀ ਫੈਸਲਾ ਬਹੁਤ ਵਧੀਆ ਲੱਗਿਆ ਵੀਰੇ ਬਹੁਤ ਵਧੀਆ ਸਾਨੂੰ ਮਾਣ ਆ ਸਾਡੇ ਪਿੰਡ ਦੀ ਕੁੜੀ ਆ ਠੀਕ ਹੈ ਨਾ ਸਾਨੂੰ ਬਹੁਤ ਵਧੀਆ ਮਾਣ ਆ ਆਮ ਆਦਮੀ ਪਾਰਟੀ 'ਚ ਰਲ ਕੇ ਸਾਡਾ ਮਾਣ ਉੱਚਾ ਕਰੇ ਨਹੀਂ ਦੂਜੀਆਂ ਪਾਰਟੀਆਂ ਨਾਲੋਂ ਆਮ ਆਦਮੀ ਪਾਰਟੀ ਵੱਖਰੀ ਕਿਵੇਂ ਆ ਵੀ ਠੀਕ ਹੈ ਵੀਰੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਵੀਰੇ ਸਾਨੂੰ ਬਹੁਤ ਖੁਸ਼ੀ ਆ ਫੈਸਲਾ ਕਿਵੇਂ ਲੱਗਿਆ ਤੁਹਾਨੂੰ ਸਹੀ ਲਿਆ ਫੈਸਲਾ ਹਾਂ ਬਹੁਤ ਵਧੀਆ ਕਿਵੇਂ ਦੂਜੀਆਂ ਪਾਰਟੀਆਂ ਨਾਲੋਂ ਇਸ ਪਾਰਟੀ ਜਾਣ ਦਾ ਫੈਸਲਾ ਸਹੀ ਕਿਵੇਂ ਲੱਗਿਆ ਸਹੀ ਹੁਣ ਤਾਂ ਆਪਾਂ ਆਪਣੀ ਸੋਚ ਆ ਅੱਛਾ ਤੁਸੀਂ ਸਪੋਰਟ ਕਰਦੇ ਹੋ ਡਟ ਕੇ ਤੁਹਾਨੂੰ ਕਿਵੇਂ ਲੱਗਿਆ ਜੀ ਫੈਸਲਾ ਵਧੀਆ ਲੱਗਿਆ ਜੀ ਅੱਛਾ ਪਹਿਲਾਂ ਮਤਲਬ ਪਹਿਲਾਂ ਕੋਈ ਪਰਿਵਾਰ ਦੇ ਵਿੱਚੋਂ ਇਲੈਕਸ਼ਨ ਲੜਿਆ ਗਗਨ ਦੇ ਪਰਿਵਾਰ ਦੇ ਵਿੱਚੋਂ ਕੋਈ ਉਹਦਾ ਡੈਡੀ ਲੜੇ ਹਾਂ ਕਿਹੜੀ ਪਾਰਟੀ ਵੱਲੋਂ ਜੀ ਲੋਕ ਭਲਾਈ ਪਾਰਟੀ ਅੱਛਾ ਪਿੰਡ ਨੇ ਸਪੋਰਟ ਕੀਤੀ ਆ ਹਾਂ ਕਰੀ ਜੀ ਬਹੁਤ ਅਤੇ ਹੁਣ ਕੀ ਲੱਗਦਾ ਤੁਹਾਨੂੰ ਜੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਗਗਨ ਕੰਪੇਨ ਕਰਦੀ ਆ ਜਾਂ ਚੋਣ ਲੜਦੀ ਆ ਕਿ ਤੁਸੀਂ ਪਿੰਡ ਸਪੋਰਟ ਕਰੂਗਾ ਹਾਂਜੀ ਕਰਾਂਗੇ ਸਰ ਅੱਛਾ ਇੱਕ ਇਹ ਵੀ ਕਿਹਾ ਜਾਂਦਾ ਹੈ ਕਿ ਕੁੜੀਆਂ ਨੂੰ ਅਤੇ ਔਰਤਾਂ ਨੂੰ ਰਾਜਨੀਤੀ ਵਿੱਚ ਨਹੀਂ ਜਾਣਾ ਚਾਹੀਦਾ ਕਿਵੇਂ ਦੇਖਦੇ ਹੋ ਫਿਰ ਇਹ ਫੈਸਲਾ ਜਾਣਾ ਕਿਉਂ ਨਹੀਂ ਚਾਹੀਦਾ ਜੀ ਜਾਣਾ ਚਾਹੀਦਾ ਮੁੰਡਿਆਂ ਬਰਾਬਰੀ ਕੁੜੀਆਂ ਹੁਣ ਬਹੁਤ ਵਧੀਆ ਕਿਵੇਂ ਜਿੰਨਾ ਵੀ ਵਧੀਆ ਇਹ ਕੰਮ ਹੀ ਚੰਗੇ ਕਰਦੇ ਆ ਗੀਤ ਗੂਤ ਵਧੀਆ ਗਾਉਂਦੇ ਆ ਵਿਚਾਰੇ ਹਾਂ ਪਿੰਡ ਦੇ ਲਟਕੇ ਸਾਡੇ ਅੱਛਾ ਦੂਜੀਆਂ ਪਾਰਟੀਆਂ 'ਚ ਜਾਣ ਦੀ ਬਜਾਏ ਆਮ ਆਦਮੀ ਪਾਰਟੀ ਜਾਣ ਦਾ ਫੈਸਲਾ ਸਹੀ ਕਿਵੇਂ ਲੱਗਿਆ ਤੁਹਾਨੂੰ ਬਹੁਤ ਠੀਕ ਲੱਗਿਆ ਜੀ ਬਹੁਤ ਠੀਕ ਇਹਨੂੰ ਤਿਆਰ ਕਰੋ ਨਵੀਂ ਪਾਰਟੀ ਨੂੰ ਆਪਾਂ ਹਾਂ ਅੱਛਾ ਪਿੰਡ ਸਪੋਰਟ ਕਰ ਰਿਹਾ ਪਿੰਡ ਪੂਰੀ ਇਹ ਆਪਣੀ ਗੁੱਡੀ ਨਾਲ ਰਲ ਕੇ ਫਿਰ ਸਾਰਾ ਪਿੰਡ ਪਾਓ ਜਮਾਂ ਸਾਰੇ ਵੋਟਾਂ ਪਾਉਣਗੇ ਠੀਕ ਇਹ ਵੀ ਕਹਿੰਦੇ ਨੇ ਕਿ ਕੁੜੀਆਂ ਨੂੰ ਰਾਜਨੀਤੀ 'ਚ ਜਾਣਾ ਨਹੀਂ ਚਾਹੀਦਾ ਜਾਣਾ ਕਿਉਂ ਨਹੀਂ ਚਾਹੀਦਾ ਜੀ ਕੁੜੀਆਂ ਕਿਹੜਾ ਪੜ੍ਹੀਆਂ ਲਿਖੀਆਂ ਨੇਗੀਆਂ ਮੁੰਡਿਆਂ ਨਾਲ ਤਾਂ ਸਿਆਣੀਆਂ ਨੇ ਹਾਂ ਠੀਕ ਆ ਜਾਣਾ ਚਾਹੀਦਾ ਜੀ ਤੁਹਾਨੂੰ ਫੈਸਲਾ ਸਹੀ ਲੱਗਿਆ ਹਾਂਜੀ ਵੀਰੇ ਬਿਲਕੁਲ ਸਹੀ ਲੱਗਿਆ ਕਿਵੇਂ ਦੂਜੀਆਂ ਪਾਰਟੀਆਂ ਨਾਲੋਂ ਕਿਵੇਂ ਸਹੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜੇਕਰ ਅਸੀਂ ਦੇਖੀਏ ਵੀ ਸਾਡੇ ਪੰਜਾਬ ਦੇ ਹਾਲਾਤ ਦੇਖੇ ਤਾਂ ਪਤਾ ਲੱਗਦੀ ਹੈ ਵੀ ਦੂਸਰੀਆਂ ਪਾਰਟੀਆਂ ਕੀ ਕਰ ਰਹੀਆਂ ਹਨ ਅਸੀਂ ਸਾਨੂੰ ਵੀ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਨਹੀਂ ਆਈ ਹਜੇ ਤੱਕ ਜੇਕਰ ਸਾਡੇ ਪਿੰਡ ਦੀ ਲੜਕੇ ਅਨਮੋਲ ਗਗਨ ਮਾਨਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਤਾਂ ਵੀ ਸਾਨੂੰ ਬਹੁਤ ਖੁਸ਼ੀ ਹੈ ਅਤੇ ਸਾਨੂੰ ਪੂਰਾ ਯਕੀਨ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਸਾਡੇ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਣਗੇ ਅਤੇ ਨਾਲ ਹੀ ਸਾਡੇ ਪਿੰਡ ਦੀ ਮਾਣ ਦੇ ਵਿੱਚ ਵਾਧਾ ਕਰਨਾ ਬਚਪਨ ਤੋਂ ਤਾਂ ਨਹੀਂ ਸੀ ਅਸੀਂ ਇਕੱਠੇ ਪਰ ਹੁਣ ਜਦੋਂ ਅਸੀਂ ਵੀ ਉਹਨੂੰ ਕਈ ਵਾਰ ਉਹ ਪਿੰਡ ਆਉਂਦੀਆਂ ਮਿਲਦੇ ਹਾਂ ਸਾਨੂੰ ਉਹਨੂੰ ਮਿਲ ਕੇ ਬਹੁਤ ਖੁਸ਼ੀ ਹੁੰਦੀ ਹੈ ਉਹਦੇ ਵਿੱਚ ਬਿਲਕੁਲ ਵੀ ਐਟੀਟਿਊਡ ਨਹੀਂ ਉਹ ਸਾਡੇ ਪਿੰਡਾਂ ਦੀਆਂ ਕੁੜੀਆਂ ਵਰਗੀ ਹੈ ਨਾ ਅਤੇ ਜੇਕਰ ਅਸੀਂ ਉਹਦੀ ਸੋਚ ਨੂੰ ਦੇਖੀਏ ਤਾਂ ਅਸੀਂ ਉਹਦੇ ਗਾਣਿਆਂ ਦੇ ਵਿੱਚ ਦੇਖੀ ਆ ਉਹ ਸਾਡੇ ਪੰਜਾਬ ਨੂੰ ਕਿਸ ਤਰ੍ਹਾਂ ਉਹਦੀ ਪ੍ਰਸ਼ੰਸਾ ਕਰਦੀ ਆ ਵਧੀਆ ਲੱਗਿਆ ਸਾਨੂੰ ਜੀ ਕੰਮ ਕਰੂਗੀ ਜੀ ਵਧੀਆ ਸਾਡੇ ਅੱਛਾ ਦੂਜੀਆਂ ਪਾਰਟੀਆਂ ਜਾਣ ਨਾਲੋਂ ਆਮ ਆਦਮੀ ਪਾਰਟੀ 'ਚ ਹੀ ਕਿਉਂ ਗਈ ਹੋਰ ਪਾਰਟੀਆਂ ਨੇ ਕੋਈ ਕੰਮ ਹੀ ਨਹੀਂ ਕੀਤਾ ਜੀ ਕੋਈ ਵੀ ਉਹ ਆ ਜਾਂਦੇ ਆ ਉਹ ਖਾਈ ਜਾਂਦੇ ਨੇ ਆਪ 'ਚ ਅਤੇ ਪਾਰਟੀ ਕੋਈ ਨਵੀਂ ਪਾਰਟੀ ਵੀ ਹੋਣੀ ਚਾਹੀਦੀ ਹੈ ਜੀ ਅਤੇ ਕੋਈ ਅਧਿਕਾਰ ਹੋਊਗਾ ਜੀ ਕੁਛ ਸੁਧਾਰ ਹੋਊਗਾ ਪਿੰਡ ਦਾ ਹੋਊਗਾ ਜੀ ਕੁਛ ਤਰੱਕੀ ਹੋਵੇ ਕੋਈ ਜੀ ਅਤੇ ਬਾਕੀ ਕੰਮ ਕਰੋ ਜੀ ਹੋਰ ਸਾਡੇ ਕੋਲ ਫੁੱਲ ਸਪੋਰਟ ਆ ਨਾਲ ਜੀ ਗਗਨ ਅਨਮੋਲ ਮਾਨ 'ਤੇ ਕਿੰਨਾ ਕੁ ਭਰੋਸਾ ਸਾਨੂੰ ਫੁੱਲ ਭਰੋਸਾ ਜੀ ਕਿਉਂ ਸਾਡੀ ਸਿਸਟਰ ਆ ਜੀ ਸਾਡੀ ਕੰਮ ਕਰੂ ਜੀ ਵਧੀਆ ਕਿਉਂ ਹੋਰ ਨੇ ਕਿਸੇ ਨੇ ਕੋਈ ਮੁੱਦਾ ਨਹੀਂ ਚੱਕਿਆ ਜੀ ਆਮ ਆਦਮੀ ਪਾਰਟੀ ਵਿੱਚ ਰਲਣ ਦੇ ਵਿੱਚ ਜੀ ਸਾਨੂੰ ਭਰੋਸਾ ਵੀ ਸਾਡਾ ਕੰਮ ਕਰੂ ਜੀ ਇਹ ਅੱਛਾ ਪਿੰਡ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿੰਨੀ ਕੁ ਸਪੋਰਟ ਮਿਲ ਰਹੀ ਆ ਹੁਣ ਸਪੋਰਟ ਫੁੱਲ ਸਪੋਰਟ ਕਰਾਂਗੇ ਜੀ ਹਰ ਪਿੰਡ ਹੀ ਸਪੋਰਟ ਕਰੂਗਾ ਜੀ ਅਤੇ ਨਾਲ ਡਟ ਕੇ ਖੜੇ ਜੀ ਅਮਾ ਜੀ ਸਾਨੂੰ ਸਹੀ ਲੱਗਿਆ ਜੀ ਫੈਸਲਾ ਸਾਡੇ ਪਿੰਡ ਦੀ ਲੜਕੀ ਹੈ ਅਤੇ ਵਧੀਆ ਕੰਮ ਕਾਰ ਕਰੂ ਸਿੰਗਰ ਵੀ ਵਧੀਆ ਅਤੇ ਸਾਨੂੰ ਭਰੋਸਾ ਉਹ 'ਤੇ ਵੀ ਵਧੀਆ ਕੰਮ ਕਰੂਗੀ ਅੱਛਾ ਦੂਜੀਆਂ ਪਾਰਟੀਆਂ ਨਾਲੋਂ ਇਹੀ ਪਾਰਟੀ ਕਿਉਂ ਚੁਣੀ ਕੀ ਲੱਗਦਾ ਆਉਣ ਵਾਲਾ ਇਸੇ ਪਾਰਟੀ ਦਾ ਫਿਊਚਰ ਹੈ ਕਿਉਂਕਿ ਦੂਜੀਆਂ ਤਾਂ ਹੁਣ ਗਿਆ ਗੁਜ਼ਰਿਆ ਕੰਮ ਲੱਗਦਾ ਵੀ ਲੋਕ ਸਿਆਣੇ ਹੋ ਗਏ ਬਾਕੀ ਮਾਡਲ ਦੇਖਦੇ ਨੇ ਦਿੱਲੀ ਦਾ ਵੀ ਦੇਖਦੇ ਨੇ ਲੋਕਾਂ ਨੂੰ ਆਪ ਵੀ ਮਹਿਸੂਸ ਹੁੰਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਹਿਲਾਂ ਵਾਲੀਆਂ ਗੱਲਾਂ ਤਾਂ ਹੈ ਨਹੀਂ ਹੈਗੀਆਂ ਵੀ ਆਪਾਂ ਬਠਿੰਡੇ ਕੁਛ ਬੋਲੇ ਇੱਥੇ ਮਾਨਸਾ ਕੁਛ ਬੋਲੇ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਿਆ ਹੁਣ ਹਰ ਇੱਕ ਚੀਜ਼ ਦਾ ਪਲ ਪਲ 'ਤੇ ਪਤਾ ਲੱਗੀ ਜਾਂਦਾ ਉਹਦੇ ਨਾਲ ਮਤਲਬ ਅਸਰ ਪੈਂਦਾ ਹੀ ਹੈ ਲੋਕਾਂ ਦੇ ਇਕੱਲੇ ਇਕੱਲੇ 'ਤੇ ਹਾਲਾਂਕਿ ਜਿਹੜੇ ਵਿੱਚ ਪੂਰੇ ਖੁੰਡ ਨੇ ਨਹੀਂ ਮੰਨਦੇ ਫਿਰ ਵੀ ਉਹਨਾਂ ਦੇ ਬੱਚੇ ਜਾਂ ਮੰਨ ਲਓ ਜਿਹੜੇ ਛੋਟੀ ਉਮਰ ਦੇ ਨੇ 40 ਤੋਂ ਥੱਲੇ ਨੇ ਉਹ ਪਾਉਣਗੇ ਆਮ ਆਦਮੀ ਵੋਟ
देखो हुण की कोदा की सी है ना आपां उहदे बारे कुछ नहीं कह सकते यानू की चंगा लग्या गगन ते की भरोसा फिर सानू हैगा भरोसा भी चलो वधिया गायक है नाम भी बणिया होया ते दूसरा नाम दे मशहूर दे नाल नाल पार्टी दा भी कम करू अच्छा पिंड किन्नी को सपोर्ट कर रहा है की लगता पिंड पूरी सपोर्ट करूगा जी पिंड फुल्लो फुल्लो सपोर्ट करू ते बाकी आम आदमी पार्टी की हर एक पिंड ही करूगा क्योंकि लोग पीसे गए मरे गए मर गए हैं समझ लो तो इन्हों कांग्रेस अकाली कुछ भी है तो हूँ गई गुजरिया गल् हो गई लोग इन्हों नहीं भरोसा करते यहाँ कद कुछ बोल देते हैं कद कुछ बोल देते हैं एक बार तो जरूर देखे जिमें यह कह दें वह खा गया वह कह दें वह खा गया भी चलो अं सोच लाँगे भी चल एक बार ये खा लेंगे कि देखे इन्हों अच्छा तो यह भी कहा जाता है कि औरतों या लड़कियों राजनीति में नहीं जाना चाहिए की लगता थोड़ा कि वह जाना कि सही है सही है ट्रेंड है वैसे जाना चाहिए तो जोड़ा कम लड़की कर सकती है कई बार मर्द नहीं कर सकता कुछ परसेंट तो चाहिए सानू फैसला बहुत वधिया लगे जी जिमें कि उन्होंने अकाली तो कांग्रेसी जो कि सिरे दियां भ्रष्ट पार्टियां ने बहुत टाइम तो पंजाब नूं लुट रही ने उन्होंने उन्होंने ये पार्टियां नूं नकार के आम आदमी पार्टी दे विच जॉइन होए सानू बहुत वधिया लग्या तां कि वह आम लोगों के नाल मोढ़े नाल मोढ़ा ला के खड़नगे जिमें कि उन्होंने साडे पिंड दा नाम बई जी गायकी दे विच बहुत रोशन किया पूरे पंजाब लेवल ते भारत दे विच रोशन किया ना सानू उम्मीद है कि वह पोलीटिशन दे विच आ के भी इस तरह आम लोगों के नाल खड़नगे ते उन्हां नाल काम करनगे ते साडे पिंड दा नाम इस तरह रोशन कर आम आदमी पार्टी का थोड़ा जिहा पिछे अक्ष खराब होया सीगा आपी कुछ निजी पाटो धाड़ करके हुण की लगता गगन दे आउण नाल पार्टी च कोई सुधार आऊगा हाँ जी पार्टी च बिल्कुल सुधार आऊगा बई जी पहला बिच कुछ बंदे आउंदे ने मतलब कि कुछ पाउण लई कुछ बंदे हुंदे ने कि हाँ यार आपां नूं लोकां नाल बहुत माड़ी हो रही है इन्हां दा फ्यूचर बनाया जा सके लोकां नूं लुट तों रोकिया जा सके भ्रिष्टाचार नूं नत्त पाई जा सके कुछ बंदे इस तरह आउंदे ने गगन जी भी इस तरह आए ने असी पूरी उम्मीद करते हैं कि वो लोगों की उम्मीदा के बिल्कुल खराब करेंगे बहुत वधिया लगे सानू जिवें किसानी की गल करते हैं गगन वधिया वधिया सोच है इन्हां दी सानू वधिया लगता है सारे पिंड इन्हां दे नाल असी सारी सपोर्ट वधिया पार्टी नूं हंगारा मिलेगा बहुत वधिया सोच रखते हैं वधिया किसानी बारे बोलते हैं मुद्दे चक्कणगे सारे पंजाब के मुद्दे चक्कणगे सानू वधिया लगता अच्छा दूजिया पार्टियां नालों आम आदमी पार्टी क्यों चुनी की लगता ये वधिया पार्टी है जी भी जिवें लोगों के भगवंत मान मुद्दे चकदा गा ये तो भी सानू पूरा माण आगा भी वधिया मुद्दे चकणगे पिंड सपोर्ट कर रहा हाँ सारा पिंड इन्हां दे नाल आ जी सारा सपोर्ट कर रहे हैं जी सारे सानू वधिया लगता भी जिवें भगवंत मान एम पी बन के भी उत्थे जाके दिल्ली च मुद्दे चकदा गा ये भी अपने पंजाब बारे विधानसभा च जाणगे भी मुद्दे चकणगे जिवें कोई होगा वधिया अच्छा भाई थोनू किन्ना क भरोसा गगन ते पूरा ही भरोसा भाई फैसला किमें लग्या आम आदमी पार्टी जो वधिया फैसला पूरा दूसरिया पार्टियां नालों किमें दूसरिया पार्टियां नालों दूसरिया पार्टियां दा आपां नूं पता ही है बई की कम हैगा खाण तक ध्यान हो रहा है आम आदमी पार्टी जदों की आई हैगी उदों दा मतलब यह चीज़ अजे तक देखण नूं मिली नहीं आपां नूं फिर भी लगता भी कुछ कर सकते बाकी सिर्फ पहलां तो बई वह खाई जांदे चल इन्हां नूं भी देख लैंदे चक्कर करके बदलना तो जरूरी है एक बार बदलाव तो चाहिए चाहिए चलो गायकी ना रोशन किया उन्होंने रोटी फुलका जो रेड़ी जाता फिर भी राजनीति दे विच क्यों आए की लगता राजनीति बई कुछ लोगों की चंगी सोच होंगी है चंगा काम करना चाहते ने फिर आना ही पैंता गा जिन्हें नहीं करना वह हूँ चली जाते लोड़ की पैंती सी चंगी सोच हो सकती वो भी कोई चंगा काम कर दी आप लोगों खातर करके आए हूँ वधिया लगे सर की कारण दूसरिया पार्टियां नालों आम आदमी पार्टी वो फैसला इदा ही जिमें कि अरविंदर केजरीवाल जी अपना दिल्ली में बहुत चंगे काम कर रहे हैं जो पंजाब च आएंगे तो होर भी वधिया काम आएंगे उन्हों का आना जरूरी है तो गगन मान जी तो सानू उम्मीद है भी वह चंगे काम करने वधिया लगे मेरा तो इस पक्षों असी बहुत खुश हाँ साढ़े पिंड की शान जो अनमोल गगन मान साढ़े पिंड बारे भी इस भी साढ़े पिंड चो यार खिलन पिंड चो कोई ना कोई तो मुद्दा ठा रहा कोई ना कोई बंदा असी खिलन पिंड चो ज्वाइन करते हैं वीर ए कोई शक नहीं है सानू बहुत वधिया लग रहा तुसीं साडे कोले आके इंटरव्यू करी तो सानू बहुत वधिया इस बारे वो देखो जी उन्हां दियां अलग अलग सोचा ने जी
ਦੂਜੀਆਂ ਪਾਰਟੀਆਂ ਕੀ ਕੁਛ ਕਰ ਰਹੀਆਂ ਨੇ ਕੀ ਕੁਛ ਨਾ ਕਰ ਰਹੀਆਂ ਨੇ ਸਾਨੂੰ ਉਹਦੇ ਬਾਰੇ ਕੋਈ ਲੱਗਦਾ ਨਹੀਂ ਹੈਗੀ ਜੀ ਕਿਉਂਕਿ ਉਹ ਰਲੀਆਂ ਮਿਲੀਆਂ ਪਾਰਟੀਆਂ ਨੇ ਜੀ ਆਪਸ 'ਚ ਚੱਲੀ ਜਾਂਦਾ ਕੰਮ ਅਜਿਹਾ ਜਿਹਾ ਚੱਲੀ ਜਾਂਦਾ ਉਹ ਠੀਕ ਹੈ ਨਾ ਜੀ ਅਤੇ ਆਪਾਂ ਤਾਂ ਜੀ ਇੱਕ ਪਾਰਟੀ ਨੂੰ ਹੋਣਾ ਇਸੇ ਦੀ ਸਪੋਰਟ ਕਰੀਏ ਨਾ ਵੀ ਕਿਸੇ ਨਾ ਕੋਈ ਪਾਰਟੀ ਤੀਜਾ ਮੁੱਦਾ ਉਠਾਉਣਾ ਜ਼ਰੂਰੀ ਹੁੰਦਾ ਕਿਸੇ ਨੇ ਪਾਰਟੀ ਤਾਂ ਉੱਠਣਾ ਹੀ ਹੁੰਦਾ ਵੀਰ ਠੀਕ ਹੈ ਨਾ ਉਹ ਪਾਰਟੀ ਬਿਤਾਓ ਤੌਰ 'ਤੇ ਮਤਲਬ ਵੀ ਅੱਜ ਦੀ ਘੜੀ 'ਚ ਆਪਣੀ ਆਮ ਆਦਮੀ ਪਾਰਟੀ ਕੁਛ ਨਾ ਕੁਛ ਕਰ ਸਕਦੀ ਹੈ ਅਤੇ ਬਾਕੀ ਪਾਰਟੀਆਂ ਤੋਂ ਸਾਨੂੰ ਕੋਈ ਉਮੀਦ ਨਹੀਂ ਰਹੀ ਕਿਉਂਕਿ ਜੀ ਉਹ ਸਹੀ ਬੰਦਾ ਯੂਸ ਕੀਤਾ ਜੀ ਜਿਹਦੀ ਸਹੀ ਸੋਚ ਹੈ ਵਿਧਾਨ ਸਭਾ 'ਚ ਦੇਖੋ ਜੀ ਆਪਣੇ ਸਹੀ ਵੀ ਉਸਨੇ ਮਕਸਦ ਵੀ ਫੈਸਲੇ ਉਠਾਏ ਮਾਨ ਸਾਹਿਬ ਨੇ ਉਹਦੇ ਨਾਲ ਅਸੀਂ ਸਪੋਰਟ ਜ਼ਰੂਰ ਕਰਾਂਗੇ ਕਿਉਂਕਿ ਉਹ ਮਾਨ ਸਾਹਿਬ ਸਾਡੇ ਦਿਲਾਂ 'ਚ ਵੱਸਦਾ ਜੀ ਅਸੀਂ ਆਮ ਆਦਮੀ ਗਗਨ ਅਨਮੋਲ ਮਾਨ ਤੋਂ ਕਿੰਨਾ ਕੁ ਭਰੋਸਾ ਕਿੰਨਾ ਕੁ ਭਰੋਸਾ ਗਗਨ ਸਾਨੂੰ ਜੀ ਪੂਰੀ ਉਮੀਦਾਂ ਨੇ ਜੀ ਉਹਦੇ ਨਾਲ ਜਮ੍ਹਾਂ ਸਹੀ ਉਮੀਦਾਂ ਨੇ ਜੀ ਅਸੀਂ ਤਾਂ ਉਹਦੇ ਦਿਲੋਂ ਤਨੋਂ ਮਨੋਂ ਜੀ ਸਾਡੀਆਂ ਉਮੀਦਾਂ ਵੀ ਨੇ ਜੀ ਉਹਦੇ ਨਾਲ ਖਰੇ ਉਤਰਾਂਗੇ ਅਤੇ ਨਾਲ ਅਸੀਂ ਜੀ ਜਮ੍ਹਾਂ ਉਹਨਾਂ ਨਾਲ ਰਹਾਂਗੇ ਅਤੇ ਹਰਦਮ ਉਹਨਾਂ ਨਾਲ ਰਹਾਂਗੇ ਜੀ ਸਾਰੇ ਪਿੰਡ ਨੂੰ ਕਿਤੋਂ ਵੀ ਜਾ ਕੇ ਉਹ ਚੋਣ ਲੜੇ ਪੂਰੇ ਪਿੰਡ ਨੂੰ ਉਮੀਦਾਂ ਨੇ ਉਹਨਾਂ ਤੋਂ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਵੀਰੇ ਦੂਸਰੀਆਂ ਪਾਰਟੀਆਂ ਨਾਲੋਂ ਕਿਵੇਂ ਵੱਖ ਦੇਖੋ ਇਹਦਾ ਕੰਮ ਆ ਜਿਵੇਂ ਕਿ ਬਾਈ ਨੇ ਦੱਸਿਆ ਦਿੱਲੀ ਸਰਕਾਰ ਨੇ ਜਿਵੇਂ ਕਰ ਰਹੀ ਹੈ ਲੋਕਾਂ ਦਾ ਪੈਸਾ ਲੋਕਾਂ ਦੀ ਲੱਗ ਰਿਹਾ ਜੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਹੋ ਜੇ ਕੰਮ ਤਾਂ ਬਹੁਤ ਚੰਗੀ ਗੱਲ ਹੈ ਅਤੇ ਗਗਨ ਤਾਂ ਉਮੀਦ ਆ ਵੀ ਇਹ ਕੰਮ ਕਰੂਗੀ ਖਾਸ ਕਰਕੇ ਮਾਨਸਾ ਜ਼ਿਲ੍ਹੇ ਦੇ ਵਿੱਚ ਕੰਮ ਕਰੇ ਇਹਦਾ ਧੰਨਵਾਦ ਕਰਾਂਗੇ ਸਾਨੂੰ ਗਗਨ ਮਾਨ ਬੀਬੀ ਸਾਡੇ ਪਿੰਡ ਦੀ ਲੜਕੀ ਆ ਸਾਨੂੰ ਬਹੁਤ ਵੱਡੀ ਉਮੀਦ ਆ ਉਹ ਤੋਂ ਜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਸਾਡੇ ਮਾਨਸਾ ਤੋਂ ਚੋਣ ਲੜਦੇ ਨੇ ਸਾਡਾ ਏਰੀਆ ਜਿਹੜਾ ਸਾਡਾ ਇਲਾਕਾ ਹੈ ਬਹੁਤ ਖੁਸ਼ਹਾਲ ਬਣਾਉਣਗੇ ਸਾਨੂੰ ਬਹੁਤ ਸਾਰੀਆਂ ਉਮੀਦਾਂ ਨੇ ਸਾਡੇ ਨੌਜਵਾਨ ਨੇ ਜਿਹੜੇ ਪੜ੍ਹੇ ਲਿਖੇ ਆ ਸਾਰੇ ਰੁਜ਼ਗਾਰ ਵਾਲੇ ਹੋਣਗੇ ਕੋਈ ਬੇਰੁਜ਼ਗਾਰ ਨਹੀਂ ਰਹੂਗਾ ਅੱਛਾ ਇਹ ਵੀ ਕਿਹਾ ਜਾਂਦਾ ਹੈ ਕਿ ਲੜਕੀਆਂ ਨੂੰ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਨਹੀਂ ਜੀ ਕਿਉਂ ਨਹੀਂ ਆਉਣਾ ਚਾਹੀਦਾ ਲੜਕੀਆਂ ਵੀ ਬਰਾਬਰ ਦੀ ਧਿਰ ਹੈ ਜੇ ਲੜਕਾ ਆਪਣੇ ਮਾਂ ਪਿਓ ਦਾ ਹੱਕ ਲੈ ਸਕਦਾ ਤਾਂ ਲੜਕੀ ਕਿਉਂ ਨਹੀਂ ਲੈ ਸਕਦੀ ਲੜਕੀਆਂ ਵੀ ਰਾਜਨੀਤੀ 'ਚ ਵੀ ਚਾ ਸਕਦੀਆਂ ਨੇ ਉੱਭਰ ਕੇ ਆ ਸਕਦੀਆਂ ਨੇ ਕਿਉਂਕਿ ਸਾਡੇ ਲੜਕੇ ਦਾ ਜੀ ਸਾਡਾ ਜਿਹੜਾ ਏਰੀਆ ਹੈ ਇਹ ਨਸ਼ੇ ਨੇ ਖਾਧਾ ਪਿਆ ਇਸ ਕਰਕੇ ਲੜਕੀਆਂ ਨੂੰ ਲੜਕੀਆਂ ਲੜਕੀਆਂ ਜਿਹੜੀਆਂ ਇਹ ਮੁੰਡਿਆਂ ਨਾਲ ਵੀ ਮੱਲਾ ਮਾਰ ਕੇ ਰਾਜਨੀਤੀ ਦੇ ਵਿੱਚ ਵੀ ਅੱਗੇ ਆ ਰਹੀਆਂ ਨੇ ਹੋਰ ਕੰਮਾਂ ਦੇ ਵਿੱਚ ਵੀ ਅੱਗੇ ਨੇ ਪਰ ਰਾਜਨੀਤੀ ਦੇ ਵਿੱਚ ਵੀ ਅੱਗੇ ਆਉਣਾ ਵੀ ਚਾਹੀਦਾ ਸਾਨੂੰ ਇਹ ਫੈਸਲਾ ਬਹੁਤ ਵਧੀਆ ਲੱਗਿਆ ਜੀ ਆਮ ਪਾਰਟੀ ਵੱਲੋਂ ਗਗਨ 'ਤੇ ਆਉਣ ਵਾਲੇ ਟਾਈਮ 'ਚ ਸਾਨੂੰ ਬਹੁਤ ਉਮੀਦਾਂ ਨਾ ਜਿਵੇਂ ਕਿ ਉਹਨਾਂ ਨੇ ਗਾਇਕੀ ਦੇ ਵਿੱਚ ਵੀ ਸਾਡੇ ਪਿੰਡ ਦਾ ਨਾਂ ਰੋਸ਼ਨ ਕਰਿਆ ਅਤੇ ਇਸੇ ਤਰ੍ਹਾਂ ਆਮ ਪਾਰਟੀ 'ਚ ਵੀ ਨਾਂ ਰੋਸ਼ਨ ਕਰਨਗੇ ਪਿੰਡ ਵੱਲੋਂ ਸਾਡੇ ਪਹਿਲਾਂ 90% ਮਤਲਬ ਕਿ ਵੋਟਾਂ ਪਈਆਂ ਐਤਕੀ ਵੀ ਇੰਨੀ ਸਪੋਰਟਿਵ ਹੋ ਗਈ